ਦੋਸਤੋ ਇਹ ਹੈਗਾ ਯੂਕੇ, ਤਾਂ ਇਸ ਟਾਈਮ ਬਹੁਤ ਬਰਫ਼ ਪੈ ਰਹੀ ਹੈ ਇੱਥੇ ਜੀ। ਆਹ ਤੁਹਾਨੂੰ ਨਜ਼ਾਰਾ ਦਿਖਾਉਂਦੇ ਹਾਂ, ਦੇਖ ਲਓ ਯੂਕੇ ਦਾ, ਦੇਖੋ ਕਿੱਦਾਂ ਬਰਫ਼ ਪੈ ਰਹੀ ਆ ਅਤੇ ਬਹੁਤ ਹੀ ਬੁਰਾ ਹਾਲ ਆ। ਧਰਤੀ ਬੜੀ ਚਿੱਟੀ ਆ, ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦਾ ਯੂਕੇ, ਪਰ ਆਹ ਦੇਖੋ ਕਾਰ ਦਾ ਕੀ ਹਾਲ ਆ, ਅਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ। ਅਤੇ ਦੁਨੀਆ ਬੜੀ ਔਖੀ ਤੁਰੀ ਫਿਰਦੀ ਆ, ਗੋਰੇ ਦੇਖੋ ਕਿੱਦਾਂ ਤੁਰੇ ਫਿਰਦੇ ਆ। ਇਹ ਸਾਰੀ ਧਰਤੀ ਜਿਹੜੀ ਆ ਚਿੱਟੀ ਚਿੱਟੀ ਹੋਈ ਪਈ ਆ। ਕਹਿੰਦੇ ਵੀ ਯੂਕੇ ਦੇ ਵਿੱਚ ਬੜੀਆਂ ਮੌਜਾਂ ਆ, ਅਤੇ ਇਹ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੰਨੀਆਂ ਕੁ ਇੱਥੇ ਮੌਜਾਂ ਆ ਦੋਸਤੋ। ਆ ਦੇਖ ਲਓ ਕਿੱਦਾਂ ਡਿੱਗਦੀ ਆ, ਪਰ ਉਸ ਨੂੰ ਚਿੱਟੀ ਧਰਤੀ ਹੋਈ ਪਈ ਆ, ਆ ਦੇਖ ਲਓ। ਅਤੇ ਇੱਥੇ ਕੰਮ ਕਰਨੇ ਬੜੇ ਔਖੇ ਆ ਦੋਸਤੋ, ਤੁਹਾਨੂੰ ਸਾਰਾ ਪਤਾ ਹੀ ਹੈ। ਲੋਕਾਂ ਦੀਆਂ ਕਾਰਾਂ ਮੂਹਰੇ ਖੜ੍ਹ ਕੇ ਸੌਖੀਆਂ ਕਰਾਉਣੀਆਂ ਨੇ ਫੋਟਾਂ ਮਿੱਤਰੋ, ਯੂਕੇ ਵਿੱਚ ਆ ਕੇ ਕੰਮ ਕਰਨੇ ਬੜੇ ਔਖੇ ਮਿੱਤਰੋ। ਦੇਖ ਲਓ ਇੰਨੀ ਬਰਫ਼ ਦੇ ਵਿੱਚ ਕੰਮ ਕਰਨੇ ਪੈਂਦੇ ਆ, ਅਤੇ ਬਹੁਤ ਹੀ ਬੁਰਾ ਹਾਲ ਆ ਸਿਚੁਏਸ਼ਨ, ਤੁਸੀਂ ਦੇਖ ਹੀ ਰਹੇ ਹੋ। ਆਹ ਦੇਖ ਲਓ ਬਹੁਤ ਹੀ ਬੁਰਾ ਹਾਲ ਹੈ ਦੋਸਤੋ, ਬਹੁਤ ਹੀ ਭਰੀਆਂ ਪਈਆਂ ਕਾਰਾਂ, ਅਤੇ ਹਾਲੇ ਵੀ ਬਹੁਤ ਡਿੱਗ ਰਹੀ ਆ। ਘਰਾਂ ਦਾ ਬੜਾ ਬੁਰਾ ਹਾਲ ਆ, ਪਾਰਕਾਂ ਦੇਖੋ ਕਿੱਦਾਂ ਜਿਹੜੀਆਂ ਭਰੀਆਂ ਪਈਆਂ, ਚਿੱਟੀ ਚਿੱਟਾ ਚਿੱਟਾ ਹੋਇਆ। ਇਸ ਕਰਕੇ ਅੱਜ ਇੱਥੇ ਦੀ ਜਿਹੜੀ ਬੱਸ ਸਰਵਿਸ ਆ ਉਹ ਵੀ ਕੈਂਸਲ ਹੋ ਗਈ ਆ, ਅਤੇ ਬੱਸਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ, ਡੇਂਜਰਸ ਏਰੀਆ ਕਰਕੇ ਹੋ ਗਿਆ, ਸਲਿਪਿੰਗ ਹੋ ਗਈ ਆ ਬਹੁਤ ਜ਼ਿਆਦਾ ਰੋਡ 'ਤੇ। ਅਤੇ ਆਹ ਦੇਖ ਲਓ ਕੀ ਬਣਿਆ ਕਾਰਾਂ ਦਾ, ਹਰ ਘਰ ਮੂਹਰੇ ਕਾਰ ਜਿਹੜੀ ਆ, ਦੇਖੋ ਕਿੱਦਾਂ ਕਾਰਾਂ। ਅਤੇ ਬਹੁਤ ਹੀ ਬੁਰਾ ਹਾਲ ਆ, ਇਹ ਯੂਕੇ ਆ ਦੋਸਤੋ, ਅਤੇ ਬਹੁਤ ਹੀ ਬੁਰਾ ਹਾਲ ਆ। ਅਤੇ ਦੇਖੋ ਕਿੰਨੀ ਜ਼ੋਰ ਨਾਲ ਉੱਤੋਂ ਆ ਰਹੀ ਆ ਸਨੋ, ਅਤੇ ਇਸ ਕਰਕੇ ਬਹੁਤ ਹੀ ਕੰਮ ਔਖੇ ਇੱਥੇ। ਅਤੇ ਸਤਿ ਸ਼੍ਰੀ ਅਕਾਲ ਸਭ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਯੂਕੇ ਦਾ ਨਜ਼ਾਰਾ ਦਿਖਾਈ ਦਿੰਦੇ ਹਾਂ ਕਿ ਇੱਥੇ ਦੀ ਸਿਚੁਏਸ਼ਨ ਹੈ, ਬਹੁਤ ਹੀ ਹਾਲਾਤ ਮਾੜੇ ਆ। ਅਤੇ ਦੇਖ ਲਓ ਕਿੱਦਾਂ ਉਹ ਸਾਹਮਣੇ ਚਰਚ ਦੀਦੀ ਆ, ਚਰਚ ਦਾ ਬੁਰਜ ਆ, ਅਤੇ ਆ ਦੇਖ ਲਓ ਪੈਂਦਾ ਆ ਕਿੰਨੀ ਕਿੰਨੀ ਪੈ ਰਹੀ ਆ ਸਾਨੂੰ, ਬੜਾ ਬੁਰਾ ਹਾਲ ਹੈ ਦੋਸਤੋ। ਅਤੇ ਚਲੋ ਅੱਜ ਇੰਨਾ ਕੀ ਆ, ਕਦੇ ਕਿਸੇ ਬਾਏ ਬਾਏ।